ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਸ ਲਈ ਸੂਬਾ ਸਰਕਾਰ ਵੱਲੋਂ ਸਖਤੀ ਵਰਤੀ ਜਾ ਰਹੀ ਹੈ। ਲੋਕਾਂ ਦੇ ਵੱਧ ਤੋਂ ਵੱਧ ਕੋਰੋਨਾ ਟੈਸਟ ਕਰਨ ਦੀਆਂ ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਤਹਿਤ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਤਹਿਸੀਲਦਾਰ ਫਗਵਾੜਾ ਦੀ ਅਗਵਾਈ ਵਿੱਚ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੀ ਚੌਪਾਟੀ ਵਿਖੇ 30 ਤੋਂ ਵੱਧ ਆਉਣ ਜਾਣ ਵਾਲੇ ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ, ਜਦਕਿ ਜਿਨ੍ਹਾਂ ਲੋਕਾਂ ਨੇ ਮਾਸਕ ਨਹੀਂ ਪਾਏ ਹੋਏ ਸਨ ਉਹਨਾਂ ਨੂੰ ਮਾਸਕ ਵੀ ਦਿੱਤੇ ਗਏ। इस मौके तहसीलदार फगवाड़ा ने दसिया कि पंजाब सरकार वालों कोरोना के बढ़ रहे मामलों को लेकर सख्ती वरती जा रही है और लोगों को इस तो बचने लिए सावधानियां वरतन दी हदायत जारी की गई हैं। उन्होंने कहा कि उन्होंने वालों सेहत विभाग की टीम नाल मिलकर 30 तो वध लोगों के सैंपल लाए गए हैं। इस दे नाल ही उन्होंने लोगों को अपील की कि वह भी सेहत विभाग और प्रशासन का पूरा सहयोग दे। ਅਤੇ ਆਪਣੇ ਐਸ ਐਮ ਸਾਹਿਬ ਵੱਲੋਂ ਟੀਮ ਆਈ ਅਤੇ ਐਡਮਿਨਿਸਟ੍ਰੇਸ਼ਨ ਵੱਲੋਂ ਤਹਿਸੀਲਦਾਰ ਫਗਵਾੜਾ ਦੀ ਟੀਮ ਸੀ। ਇੱਥੇ ਅਸੀਂ 25 ਸੈਂਪਲ ਘੱਟ ਤੋਂ ਘੱਟ 25 ਸੈਂਪਲ ਕਰਨ ਦੀ ਡਿਊਟੀ ਲੱਗੀ ਸੀ ਜੋ ਕਿ ਕੰਪਲੀਟ ਹੋ ਗਏ ਨੇ ਆਪਣੇ। ਬਾਕੀ ਫ੍ਰੀ ਮਾਸਕ ਵੰਡੇ ਗਏ ਨੇ ਅਤੇ ਇਸ ਤੋਂ ਇਲਾਵਾ ਅਸੀਂ ਥੋੜ੍ਹਾ ਲੋਕਾਂ ਨੂੰ ਅਪੀਲ ਵੀ ਕਰਾਂਗੇ ਕਿ ਆਪਣਾ ਪ੍ਰੀਕੋਸ਼ਨਸ ਲੈਂਦੇ ਰਹਿਣ ਤਾਂ ਕਿ ਇਸ ਬਿਮਾਰੀ ਨੂੰ ਅਸੀਂ ਫੈਲਣ ਤੋਂ ਰੋਕ ਸਕੀਏ। ਮੈਡਮ, ਇਹ ਡੇਲੀ ਚੱਲੂਗਾ ਜੀ? ਡੇਲੀ ਨਹੀਂ ਹੈ ਜੀ, ਫਿਲਹਾਲ ਉਹਨਾਂ ਨੇ ਇੱਕ ਵਾਰ ਇਹ ਡਿਊਟੀ ਲਗਾਈ ਹੈ, ਇਸ ਤੋਂ ਬਾਅਦ ਰਿਟਨ ਆਰਡਰ ਆਉਣਗੇ ਤਾਂ ਦੁਬਾਰਾ ਲੱਗ ਸਕਦੇ ਹੈ।